ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਤੇ ਗੁਰਨਵਾਜ ਬੁਟੀਕ ਦੇ ਉੱਪਰ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਘੈਂਟ ਹੋਵੋਗੇ ਅਤੇ ਅੱਜ ਤਾਲੀ ਲੈ ਕੇ ਆਏ ਜਿੰਨੇ ਕੁ ਹੁਣ ਤੱਕ ਮੈਂ ਸੂਟ ਸੋਹਣੇ ਸੋਹਣੇ ਪਾਏ ਆ ਜਿਹੜੇ ਮੇਰੇ ਭੈਣਾਂ ਲੈਣੇ ਆ ਉਹਦੇ, ਕਿਉਂਕਿ ਆਪਾਂ ਜਿਹੜੀ ਵੀਡੀਓ ਅਪਲੋਡ ਕਰਦੇ ਹਾਂ ਉਹਨਾਂ 'ਚ ਨਹੀਂ ਇੰਨਾ ਪਤਾ ਲੱਗਦਾ, ਫਿਰ ਤੁਹਾਨੂੰ ਇਹ ਵੀਡੀਓ 'ਚ ਤੁਹਾਨੂੰ ਸਾਰਾ ਪਤਾ ਲੱਗਦਾ ਫੈਬਰਿਕ ਕੀ ਕਿੱਦਾਂ। ਹੁਣ ਸਾਰਿਆਂ ਨੇ ਕਹਿਣਾ ਆਹ ਸੂਟ ਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਆ, ਹਰ ਵਾਰ ਪਲੇਨ ਬੋਟਮ ਦੇ ਨਾਲ ਪ੍ਰਿੰਟਡ ਸ਼ਰਟ ਦੇ ਨਾਲ 600 ਦਾ ਸੂਟ ਆ, ਬਹੁਤ ਹੀ ਸਟੱਫ ਇਹਦਾ ਵਧੀਆ, ਜਿੰਨਿਆਂ ਕੋਲ ਜਾਂਦਾ ਦੁਬਾਰਾ ਦੁਬਾਰਾ ਮੰਗਦੇ, ਪਰ ਮੇਰੇ ਕੋਲ 2 ਪੀਸ ਆ, ਮੇਰੀਆਂ ਭੈਣਾਂ ਜਿਨ੍ਹਾਂ ਨੇ ਵੀ ਲੈਣੇ ਲੈ ਲਿਓ, ਕਿਉਂਕਿ ਸਾਨੂੰ ਕੋਈ ਨਹੀਂ ਹੈ ਨਾ ਹੁੰਦੇ ਨਹੀਂ ਕਿ ਕਈਆਂ ਨੇ ਮੈਨੂੰ ਕਿਹਾ ਵੀ ਸਾਡੇ ਰੱਖ ਲਿਓ, ਪਰ ਮੈਸੇਜ ਜ਼ਿਆਦਾ ਹੁੰਦੇ ਮੇਰੀ ਭੈਣ, ਮੈਂ ਤਾਂ ਕਰਕੇ ਵੀ ਨਹੀਂ ਰੱਖ ਸਕਦੀ। 2 ਸੂਟ ਆ ਜਿਹੜਾ ਵੀ ਔਡਰ ਕਰ ਲਏਗਾ, ਮੈਂ ਤਾਂ ਸਭ ਤੋਂ ਪਹਿਲਾਂ ਵੀਡੀਓ ਪਾਇਆ ਇਹ 600 ਦੀ ਰੇਂਜ 'ਚ, ਠੀਕ ਆ। ਜਿਨ੍ਹਾਂ ਨੇ ਵੀ ਔਡਰ ਕਰਨੇ ਹੋਣਗੇ ਕਰ ਲਿਓ, ਠੀਕ ਆ। ਹੁਣ ਜ਼ਿਆਦਾ ਡਿਮਾਂਡ 'ਤੇ ਆ ਰਿਹਾ ਜੈਲੋ ਕਲਰ ਦੀ, ਤੁਸੀਂ ਜਿਹੜੇ ਜੈਲੋ ਪਾਇਆ ਉਹਦੇ ਨਾਲ ਸਾਨੂੰ ਜੈਲੋ ਕਲਰ ਲੈ ਕੇ ਦਿਓ, ਅਤੇ ਇਹ ਜੈਲੋ ਕਲਰ ਜਿਹੜਾ ਆ ਉਹਦੇ 'ਚ ਸਾਡੇ ਕੋਲ ਜਿਹੜੇ ਕਿਹੜੇ ਕਲਰ ਹੋਣਗੇ ਉਹ ਤੁਹਾਨੂੰ ਦੱਸ ਦਿੰਦੀ ਹਾਂ। ਇੱਕ ਪਹਿਲੇ ਨੰਬਰ 'ਤੇ ਜੈਲੋ ਆ ਗਿਆ, ਠੀਕ ਆ। ਤੁਸੀਂ ਫੈਬਰਿਕ ਇਹਦਾ ਚੈੱਕ ਕਰੋ, ਪਿਓਰ ਔਰ ਦੂਜਾ ਪਿਓਰ ਔਰਗੈਂਜ਼ਾ ਉੱਪਰ ਡਾਈ ਕੀਤਾ ਆਪਾਂ ਇਹਨੂੰ, ਇਹਦੇ ਉੱਪਰ ਨੈਕ ਦੇ ਉੱਪਰ ਆਊਗਾ ਵਰਕ ਔਰ ਬਾਜੂ ਦੇ ਉੱਪਰ ਆਊਗਾ, ਤੁਸੀਂ ਦੇਖ ਸਕਦੇ ਹੋ। ਅਤੇ ਸਲਵਾਰ ਇਹਦੀ ਬਹੁਤ ਜ਼ਿਆਦਾ ਘੈਂਟ ਬਣੀ ਆ, ਸਲਵਾਰ ਚੈੱਕ ਕਰਿਓ, ਇਹ ਪੂਰਾ ਪਾਰਟੀ ਵੇਅਰ ਲੁੱਕ ਸੂਟ ਦੀ ਬਣੀ ਆ, ਠੀਕ ਹੈ। 1450 ਦੀ ਰੇਂਜ, ਮੈਂ ਸਾਰਿਆਂ ਦੇ ਪ੍ਰਾਈਜ਼ ਨਾਲ ਨਾਲ ਦੱਸੀ ਜਾਂਦੀ, 1450 ਦੀ ਰੇਂਜ ਦੇ ਵਿੱਚ ਆ, ਇੱਦਾਂ ਹੀ ਵਰਕ ਆਊਗਾ। ਦੁਪੱਟੇ ਦੇ ਉੱਪਰ ਲੈਸ ਲਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਪਊਗੀ, ਔਰਗੈਂਜ਼ਾ ਦੁਪੱਟਾ ਜੇ, ਠੀਕ ਹੈ, ਅਤੇ ਲੈਸ ਵੀ ਲੱਗੀ ਹੋਈ ਮਿਲੂਗੀ। ਹੁਣ ਤੁਸੀਂ ਕਲਰ ਚੈੱਕ ਕਰ ਲਓ, ਇਹ 'ਚ ਜੈਲੋ ਆਏ ਜੇ ਆਪਣੇ ਕੋਲ, ਫਿਰ ਨਵੇਂ ਬਣਵਾਏ ਆਪਾਂ, ਅਤੇ ਸੀ ਗ੍ਰੀਨ ਸ਼ੇਡ ਆਪਣੇ ਕੋਲ ਹੈਗੀ ਆ ਇਹ ਵਾਲੀ, ਠੀਕ ਹੈ। ਇੱਦਾਂ ਹੀ ਸੇਮ ਆਊਗਾ ਵਰਕ। ਅਤੇ ਆਹ ਮੇਰੀ ਭੈਣਾਂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਜਿਹੜੀ ਪਹਿਲੀ ਵਾਰ ਵੀਡੀਓ ਵੇਖਣ ਦੇ ਉਹਨਾਂ ਨੂੰ ਨਹੀਂ ਸਮਝ ਆਉਂਦੀ, ਜਿਨ੍ਹਾਂ ਨੇ ਅੱਗੇ ਵੇਖੀਆਂ ਹੁੰਦੀਆਂ ਉਹਨਾਂ ਨੂੰ ਲੱਗ ਜਾਂਦੀ ਆ ਆਹ ਜੇ, ਠੀਕ ਹੈ। ਦੂਸਰਾ ਕਲਰ ਇਹਦਾ ਬਹੁਤ ਪਿਆਰਾ ਇਹ ਵਾਲਾ, ਇੱਕ ਕਲਰ ਇਹਦਾ ਪਿੰਕ ਹੈਗਾ, ਉਹ ਸ਼ਾਇਦ ਮੈਂ ਦਿਖਾਈ ਦਿੰਦੀ ਇੱਕ ਮਿੰਟ ਆ ਜੇ, ਪਿੰਕ ਕਲਰ ਇੱਕ ਇਹਦਾ ਜਿਹੜਾ ਆ, ਹਾਂਜੀ ਜਿਹੜਾ ਪਿੰਕ ਕਲਰ ਆ ਉਹਦਾ ਆ ਜੇ, ਅਤੇ ਇਹਦੀ ਸੇਮ ਹੀ ਬੋਟਮ ਆਊਗੀ। 3 ਕਲਰ ਆ ਸਾਡੇ ਕੋਲ, ਚੌਥਾ ਪਰਪਲ ਸ਼ੇਡ ਸਾਡੀ ਜਿਹੜੀ ਆ ਉਹ ਸੇਲ ਹੋਊਗੀ, ਉਹ ਨਹੀਂ ਹੈਗਾ। ਹੁਣ ਮੇਰੀਆਂ ਭੈਣਾਂ ਦੇ ਜਿਹੜੇ ਸੂਟ ਸਭ ਤੋਂ ਜ਼ਿਆਦਾ ਕਹਿਣ ਲੱਗਦੇ ਜਬ ਸਭ ਤੋਂ ਜ਼ਿਆਦਾ ਪਸੰਦ ਸੀਗਾ, ਉਹ ਆਪਾਂ ਲੈ ਕੇ ਆ ਗਏ ਹਾਂ ਤੁਹਾਡੇ ਲਈ, ਬਹੁਤ ਸੋਹਣੇ ਕਲਰ ਮਹਿੰਦੀ ਕਲਰ ਦੇ ਉੱਪਰ ਆਪਾਂ ਰੈਡੀ ਕੀਤੇ ਆ। ਇਹ ਸਟੋਕ ਜਿਹੜਾ ਦੁਬਾਰਾ ਨਹੀਂ ਆਊਗਾ, ਮੈਂ ਦੱਸਤਾ ਜਿਨ੍ਹਾਂ ਨੇ ਵੀ ਔਡਰ ਕਰਨੇ ਆ, ਜਿਨ੍ਹਾਂ ਨੇ ਵੀ ਕਰਨੇ ਕਰ ਲਓ, 1250 ਦੀ ਰੇਂਜ 'ਚ ਜਿੱਥੇ ਮਰਜ਼ੀ, ਅਸੀਂ ਸਾਰੀਆਂ ਥਾਵਾਂ 'ਤੇ ਵੀਡੀਓ ਜਿਹੜੀਆਂ ਅਪਲੋਡ ਕਰ ਚੁੱਕੇ ਹਾਂ। ਅਤੇ ਇਹ ਵਾਲੀ ਜਿਹੜੀ ਆ ਸਲਵਾਰ ਪੁੱਠੀ ਹੋਈ, ਸੋਰੀ, ਮਸਲੀਨ ਕਾਟਨ ਦੇ ਉੱਪਰ ਸੂਟ ਆ, ਸੇਮ ਹੀ ਵਰਕ ਆ, ਕਲਰ ਚੇਂਜ ਕਰਤੇ ਜੀ ਆਪਾਂ। ਇਹ ਕਲਰ ਇਹਦਾ ਆ ਗਿਆ, ਦੂਜਾ ਕਲਰ ਮਹਿੰਦੀ ਕਲਰ ਦੇ ਵਿੱਚ ਇੱਦਾਂ। ਬਾਕੀ ਇਹਦੀ ਨਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ, ਲੈਂਥ ਜਿੰਨੀ ਮਰਜ਼ੀ ਰੱਖ ਸਕਦੇ, ਮੈਂ ਸਗੋਂ ਇਹ ਸੂਟ ਲੰਬਾ ਰੱਖ ਲਿਆ ਸੀ ਤਾਂ ਕਰਕੇ, ਕਿਉਂਕਿ ਮੇਰੀਆਂ ਭੈਣਾਂ ਕਹਿਣਗੀਆਂ ਕਿ ਇਹ ਸ਼ਾਇਦ ਇਹਦੀ ਲੈਂਥ ਛੋਟੀ ਆ, ਇਹਦੀ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ। ਬਾਕੀ ਦੁਪੱਟਾ ਵੀ ਇਹਦੇ ਨਾਲ, ਦੁਪੱਟੇ ਲੈਸ ਲੱਗੀ ਜੇ, ਪਿਓਰ ਮਸਲੀਨ ਕਾਟਨ ਦਾ ਸੂਟ ਜੇ। ਅਤੇ ਦੂਸਰਾ ਕਲਰ ਦੇਖੋ ਕਿੰਨਾ ਸੋਹਣਾ ਆਪਾਂ ਰੈਡੀ ਕੀਤਾ, ਇਹ ਹੈਗੀ ਹੈ ਡਾਰਕ ਗ੍ਰੇ ਸ਼ੇਡ, ਬਲੈਕ 'ਚ ਵੀ ਆ ਜਾਂਦੀ, ਉੱਦਾਂ ਵੀ ਆ ਜਾਂਦੀ, ਸ਼ੇਡ ਚੈੱਕ ਕਰੋ ਕਿੰਨੀ ਸੋਹਣੀ ਜੱਚੀ ਵੀ ਕਿੰਨੀ ਆ। ਅਤੇ ਇਹ ਜਿਨ੍ਹਾਂ ਨੇ ਵੀ ਗਾਂਹ ਜਾਗੋ ਫੰਕਸ਼ਨ ਆਉਂਦੇ ਆ ਜਾਂ ਉੱਦਾਂ ਵੀ ਆ, ਸੂਟ ਜਿਹੜਾ ਬਹੁਤ ਹੀ ਪਿਆਰਾ ਲੁੱਕ ਇਹਦੀ ਹੁੰਦੀ ਆ, ਇਹ ਤੁਸੀਂ ਸੂਟ ਜਿਹੜੇ ਬਾਏ ਕਰ ਸਕਦੇ, ਠੀਕ ਆ। ਹੁਣ ਆ ਗਿਆ ਸੂਟ ਜਿਹੜਾ ਦੂਸਰਾ ਸੂਟ ਜਿਹੜਾ ਮੈਂ ਪਾਇਆ ਸੀ ਉਹਦੇ ਨਾਲ ਦਾ, ਜੋ ਕਿ ਤੁਹਾਡਾ ਸਭ ਦਾ ਫੇਵਰੇਟ ਸੀਗਾ, ਉਹ 'ਚ ਵੀ ਆਪਾਂ ਕਲਰ ਚੇਂਜ ਕਰਦੇ ਜੇ, ਕਿ ਸਾਰਿਆਂ ਦੇ ਕਲਰ ਤੁਸੀਂ ਚੈੱਕ ਕਰੀ ਜਾਓ ਕਿੰਨੇ। ਇਹ ਹੈਗਾ ਡਾਰਕ ਗ੍ਰੇ ਕਲਰ, ਠੀਕ ਹੈ। ਇਹ 'ਚ ਵੀ ਤੁਹਾਨੂੰ ਇਹਦੇ 'ਤੇ ਨੈਕ 'ਤੇ ਕੰਮ ਹੋਇਆ, ਅਤੇ ਘੇਰਾ ਦਾ ਬਹੁਤ ਹੈਵੀ, ਅਤੇ ਬਾਜੂ ਦੇ ਉੱਪਰ ਵਰਕ ਆਊਗਾ, ਅਤੇ ਨਾਲ ਦੁਪੱਟਾ ਇਹਦਾ ਆਜੂਗਾ, ਠੀਕ ਹੈ ਜੀ। ਹਾਂਜੀ, ਜਿਹੜਾ ਸੂਟ ਮੈਂ ਫੁਲਕਾਰੀ ਵਾਲਾ ਵੇਅਰ ਕੀਤਾ ਸੀ ਉਹਦੇ ਨਾਲ ਦੇ ਆਪਣੇ ਕੋਲ ਨੈਕ ਦੇ ਉੱਪਰ ਡਿਜ਼ਾਇਨ ਹੈਗਾ, ਅਤੇ ਘੇਰਾ ਇਹਦਾ ਚੈੱਕ ਕਰ ਲਓ ਤੁਸੀਂ ਕਿੰਨਾ ਹੈਵੀ ਹੈ, ਔਰ ਬਾਜੂ ਦੇ ਉੱਪਰ ਵਰਕ ਹੈਗਾ ਜੀ। ਦੁਪੱਟਾ ਦੇ ਨਾਲ 2 ਸ਼ੇਡ ਦਾ ਆਲ ਓਵਰ ਸੂਟ ਹੈ, ਉਹ ਮੈਚਿੰਗ ਸੂਟ ਹੈ, ਇਹ ਆਲ ਓਵਰ ਸੂਟ ਹੈ, ਜਿਨ੍ਹਾਂ ਨੇ ਵਾਈਟ ਸਲਵਾਰ ਦੇ ਨਾਲ ਨਹੀਂ ਪਾਉਣਾ ਉਹ ਇਹ ਵਾਲਾ ਸੂਟ ਜਿਹੜਾ ਬਾਏ ਕਰ ਸਕਦੇ। ਪਹਿਲਾ ਕਲਰ ਸਾਡੇ ਕੋਲ ਆਹ ਵਾਲਾ ਆ ਗਿਆ, ਕਿਉਂ ਕਲਰ ਬਹੁਤ ਸੋਹਣਾ ਸੀ, ਸਾਰੇ ਕਲਰ ਬਹੁਤ ਸੋਹਣੇ ਬਣੇ, ਅਤੇ ਆਹ ਵਾਲਾ ਕਲਰ ਹੁਣ ਨਵਾਂ ਬਣਵਾਇਆ ਆਪਾਂ, ਬਹੁਤ ਹੀ ਸੋਹਣਾ ਜਿਹਾ ਬਣਿਆ, ਅਤੇ ਇਹ ਵਾਲਾ ਸੂਟ ਵੀ ਤੁਸੀਂ ਔਡਰ ਕਰ ਸਕਦੇ ਜੀ, ਠੀਕ ਹੈ। ਦੂਜਾ ਕਲਰ ਇਹਦਾ ਆਹ ਆ ਗਿਆ ਜੀ, ਠੀਕ ਹੈ। ਹੁਣ ਤੀਸਰਾ ਕਲਰ ਜਿਹੜਾ ਮੈਂ ਪਾਇਆ ਸੀਗਾ, ਉਹਦੀ ਸਭ ਤੋਂ ਵੱਧ ਡਿਮਾਂਡ ਸੀ,
ਪਰ ਸਾਡੇ ਕੋਲ ਸੋਰੀ ਉਦੋਂ ਅਸੀਂ ਸਾਰੇ ਸੇਲ ਹੋ ਗਏ ਕਿ ਨਹੀਂ ਆਪਾਂ ਦੇ ਪਾਇਆ ਆਪਣੇ ਕਸਟਮਰ ਨੂੰ। ਹੁਣ ਤੁਸੀਂ ਦੇ ਜਿੰਨੇ ਮਰਜ਼ੀ ਔਡਰ ਕਰ ਦਿਓ। ਆਹ ਜਿਹੜਾ ਕਲਰ ਜਿਹੜਾ ਮੈਂ ਪਾਇਆ ਸੀ ਉਹੀ ਕਲਰ ਮਾਊਸ ਜਿਹਾ ਕਲਰ ਬਹੁਤ ਹੀ ਪਿਆਰਾ ਜਿਹਾ, ਇਹ 'ਚ ਵੀ ਤੁਸੀਂ ਔਡਰ ਕਰ ਸਕਦੇ ਜੀ। ਠੀਕ ਹੈ, ਇਹ ਕਿੰਨੀਆਂ ਭੈਣਾਂ ਦੇ ਪੈਸੇ ਵਾਪਸ ਕੀਤੇ, ਹੁਣ ਦੁਬਾਰਾ ਪੈਸੇ ਪੇ ਕਰ ਦਿਓ, ਮੈਂ ਤੁਹਾਨੂੰ ਸੂਟ ਭੇਜਾਂ। ਅਤੇ ਇਹ ਵਾਲਾ ਕਲਰ ਉਹ ਜੇ, ਔਰ ਤੀਸਰਾ ਕਲਰ ਇਹਦਾ ਬਹੁਤ ਸੋਹਣਾ ਹੈਗਾ ਜੇ, ਇਹ ਵਾਲਾ। ਠੀਕ ਹੈ, ਮਸਟਰਡ ਸ਼ੇਡ ਆ ਗਈ ਜੀ ਆਪਣੀ ਇਹ ਵਾਲੀ ਫੁਲਕਾਰੀ ਵਿੱਚ। ਠੀਕ ਹੈ, ਇੱਕ ਕਲਰ ਆ ਗਿਆ ਜੇ, ਇਹ ਆਲ ਓਵਰ ਹੀ ਆ। ਅਤੇ ਇੱਕ ਕਲਰ ਆ ਗਿਆ ਇਹ 'ਚ ਪਰਪਲ ਸ਼ੇਡ। ਠੀਕ ਹੈ, ਇਹ ਪਰਪਲ ਵੀ ਤੁਹਾਨੂੰ ਆਲ ਓਵਰ ਮਿਲ ਜੂਗਾ। ਅਤੇ ਇੱਕ ਸਾਡੇ ਕੋਲ ਸ਼ੇਡ ਹੈਗੀ ਜੋਰਜੱਟ ਦੇ ਵਿੱਚ, 650 ਵਾਲੀ ਰੇਂਜ ਦੇ ਵਿੱਚ, ਬਹੁਤ ਸੋਹਣਾ ਪਿਆਰਾ ਜਿਹਾ ਪ੍ਰਿੰਟ ਜਿਹੜਾ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਕਰ ਸਕਦੇ। ਅਤੇ ਉਮੀਦ ਕਰਦੇ ਤੁਹਾਨੂੰ ਅੱਜ ਵਾਲੀ ਵੀਡੀਓ ਬਹੁਤ ਘੈਂਟ ਲੱਗੀ ਹੋਵੇਗੀ। ਥੋੜ੍ਹੇ ਥੋੜ੍ਹੇ ਦਿਨਾਂ ਤੋਂ ਆਪਾਂ ਹੋਰ ਵੀ ਤੁਹਾਡੇ ਲਈ ਬਹੁਤ ਘੈਂਟ ਸੂਟ ਲੈ ਕੇ ਆਵਾਂਗੇ। ਅੱਜ ਵਾਲਾ ਸੂਟ ਜਿੰਨੇ ਜਣੇ ਵੀ ਔਡਰ ਕਰਨੇ ਮੇਰੀ ਭੈਣਾਂ ਨੇ ਫਟਾਫਟ ਪੇਮੈਂਟ ਕਰਕੇ ਔਡਰ ਕਰ ਲਓ, ਕਿ ਇਹ ਸੂਟ ਸਾਡੇ ਕੋਲ ਛੇਤੀ ਛੇਤੀ ਮਤਲਬ ਸੇਲ ਹੋ ਜਾਂਦੇ ਆ। ਜਿਹੜੇ ਮੇਰੇ ਕਸਟਮਰ ਮੇਰੀ ਭੈਣਾਂ ਜੀ ਮੈਂ ਜੁੜੀਆਂ ਮਿੰਟੋ ਮਿੰਟ ਲਾਉਂਦੀਆਂ। ਸੋ ਜਿਨ੍ਹਾਂ ਨੇ ਵੀ ਪੇਮੈਂਟ ਕਰਨੀ ਹੈ ਗੂਗਲ ਪੇ, ਫੋਨਪੇ, ਯੂ ਹੈ ਨਾ, ਜਿੱਦਾਂ ਵੀ ਤੁਸੀਂ ਕਰਦੇ ਹੀ ਉੱਦਾਂ ਕਰਕੇ ਆਪਣਾ ਜਿਹੜਾ ਐਡਰੈਸ ਸੈਂਡ ਕਰ ਦਿਉ, ਅਤੇ ਸੂਟ ਤੁਹਾਨੂੰ ਜਿਹੜਾ ਕਲਰ ਦਾ ਚਾਹੀਦਾ ਉਹਦਾ ਸਕਰੀਨਸ਼ੋਟ ਭੇਜ ਦਿਉ। ਬਾਏ, ਮਿਲਦੇ ਆ ਨੈਕਸਟ ਵੀਡੀਓ 'ਚ।